ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮੁਫਤ ਬੱਸ ਸਫ਼ਰ ਦਾ ਅਸਰ ਪ੍ਰਾਈਵੇਟ ਬੱਸਾਂ ਤੇ ਪੈਣਾ ਸ਼ੁਰੂ ਹੋ ਗਿਆ ਹੈ। ਤਸਵੀਰਾਂ ਸਾਹਮਣੇ ਆਈਆਂ ਨੇ ਬਠਿੰਡਾ ਤੋਂ, ਜਿੱਥੇ ਦੋ ਸਵਾਰੀਆਂ ਦੇ ਨਾਲ ਇੱਕ ਸਵਾਰੀ ਫ੍ਰੀ ਦੇ ਹੋ ਕੇ ਦਿੰਦਾ ਪ੍ਰਾਈਵੇਟ ਬੱਸ ਕੰਪਨੀ ਦਾ ਮੁਲਾਜ਼ਮ ਵਿਖਾਈ ਦੇ ਰਿਹਾ ਹੈ। ਜਦੋਂ ਦਾ ਸਰਕਾਰ ਨੇ ਔਰਤਾਂ ਨੂੰ ਮੁਫਤ ਬੱਸ ਸਫ਼ਰ ਦਾ ਤੋਹਫ਼ਾ ਦਿੱਤਾ ਹੈ, ਉਦੋਂ ਤੋਂ ਹੀ ਆਮ ਲੋਕਾਂ ਨੂੰ ਵੱਧਦੇ ਕਿਰਾਏ ਤੋਂ ਕੁਝ ਰਾਹਤ ਮਿਲਦੀ ਵੀ ਵਿਖਾਈ ਦੇ ਰਹੀ ਹੈ। ਦੱਸ ਦਈਏ ਕਿ ਨਿੱਜੀ ਬੱਸਾਂ ਵਿੱਚ ਲੋਕਾਂ ਵੱਲੋਂ ਸਫ਼ਰ ਕਰਨਾ ਘਟਾ ਦਿੱਤਾ ਗਿਆ ਹੈ, ਜਿਸ ਕਾਰਨ ਨਿੱਜੀ ਕੰਪਨੀਆਂ ਦੇ ਬੱਸ ਆਪਰੇਟਰ ਸਰਕਾਰ ਦੇ ਇਸ ਫੈਸਲੇ ਤੋਂ ਨਾਰਾਜ਼ ਚੱਲ ਰਹੇ ਨੇ। ਇਸ ਦੇ ਨਾਲ ਹੀ ਇੱਕ ਨਿੱਜੀ ਬੱਸ ਕੰਪਨੀ ਨੇ ਦੋ ਸਵਾਰੀਆਂ ਨਾਲ ਇੱਕ ਸਵਾਰੀ ਨੂੰ ਮੁਫਤ ਸਫ਼ਰ ਕਰਾਉਣ ਦੀ ਘੋਸ਼ਣਾ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਬੱਸਾਂ ਵਿੱਚ ਮਹਿਲਾ ਸਵਾਰੀ ਨਹੀਂ ਆਉਂਦੀ, ਜਿਸ ਦੇ ਚੱਲਦੇ ਉਹ ਦੋ ਸਵਾਰੀਆਂ ਨਾਲ ਇੱਕ ਸਵਾਰੀ ਨੂੰ ਫ੍ਰੀ ਸਫ਼ਰ ਕਰਾਉਣ ਦਾ ਆਫਰ ਦੇ ਰਹੇ ਨੇ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਜ਼ਰੂਰਤ ਪਈ ਤਾਂ ਉਹ ਇੱਕ ਨਾਲ ਇੱਕ ਮੁਫਤ ਸਵਾਰੀ ਵੀ ਕਰ ਸਕਦੇ ਨੇ। ਬਠਿੰਡਾ ਦੇ ਬੱਸ ਸਟੈਂਡ 'ਤੇ ਬੱਸ ਕੰਡਕਟਰ ਵੱਲੋਂ ਦੋ ਸਵਾਰੀਆਂ ਨਾਲ ਇੱਕ ਸਵਾਰੀ ਫ੍ਰੀ ਦਾ ਹੋਕਾ ਦਿੱਤਾ ਜਾ ਰਿਹਾ ਹੈ, ਕਿਉਂਕਿ ਪ੍ਰਾਈਵੇਟ ਬੱਸਾਂ ਆਪਣੇ ਰੂਟ 'ਤੇ ਖਾਲੀ ਜਾ ਰਹੀਆਂ ਨੇ। ਖੈਰ, ਜਿੱਥੇ ਇੱਕ ਪਾਸੇ ਨਿੱਜੀ ਬੱਸ ਆਪਰੇਟਰਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਮੁਫਤ ਬੱਸ ਸਫ਼ਰ ਦੇ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਆਮ ਲੋਕਾਂ 'ਚ ਇਸ ਦੀ ਖੁਸ਼ੀ ਜ਼ਿਆਦਾ ਹੈ ਅਤੇ ਉਹ ਕੈਪਟਨ ਸਰਕਾਰ ਦਾ ਧੰਨਵਾਦ ਕਰਦੇ ਵਿਖਾਈ ਦੇ ਰਹੇ ਨੇ। ਦੂਣ ਹੈ ਇੱਕ ਫ੍ਰੀ ਜੀ, ਗੌਰਮੈਂਟ ਨੇ ਕਿਰਾਇਆ ਜਿਹੜਾ ਮਾਫ਼ ਕੀਤਾ ਹੋਇਆ ਜੀ ਲੇਡੀ ਦਾ, ਇਸ ਕਰਕੇ ਅਸੀਂ ਕਰ ਰਹੇ ਹੈਗੇ ਜੀ ਕਿ ਸਵਾਰੀ ਹੈ ਜਿਹੜੀ ਟੁੱਟ ਕੇ ਸਾਡੇ ਨਾਲੋਂ ਉਹ ਤਕਰੀਬਨ EPRTC ਨਾਲ ਜਾ ਰਹੀ ਹੈਗੀ, ਅਤੇ ਸਾਡਾ ਤਾਂ ਡੀਜ਼ਲ ਖਰਚਾ ਵੀ ਨਹੀਂ ਪੂਰਾ ਹੋ ਰਿਹਾ, ਟੈਕਸ ਉੱਪਰੋਂ ਹੈਗੇ, ਦੋ ਦੋ ਟਾਈਮਾਂ 'ਚ ਇੱਕ ਗੱਡੀ ਜਾ ਰਹੀ ਹੈ, ਪਹਿਲਾਂ ਕਰੋਨਾ ਦੀ ਮਾਰ ਪੈ ਗੱਡੀ ਹੈ। ਇਸ ਕਰਕੇ ਅਸੀਂ ਵੀ ਮਾਲਕਾਂ ਨੂੰ ਆਦੇਸ਼ ਹੈ ਵੀ ਤੁਸੀਂ ਵੀ ਦੋ ਨਾਲ ਇੱਕ ਫ੍ਰੀ ਲੈ ਜਾਓ, ਛੇਕਰ ਨੂੰ ਆਪਣਾ ਡੀਜ਼ਲ ਖਰਚਾ ਹੀ ਮੁੜੂਗਾ, ਖਰਚਾ ਘਰ ਚੱਲ। ਅਸਰ ਸਾਡਾ ਪੂਰਾ ਹੀ ਅਸਰ ਪਿਆ ਜੀ, ਸਾਰਾ ਹੀ ਨੁਕਸਾਨ ਹੀ ਨੁਕਸਾਨ ਹੈਗਾ, ਸਵਾਰੀ ਜਾ ਹੀ ਨਹੀਂ ਰਹੇਗੀ, ਖਾਲੀ ਤੁਰੇ ਫਿਰਦੇ ਹਾਂ ਜੀ। ਜੋ ਸਵਾਰੀ ਆ ਰਹੀ ਹੈਗੀ ਲੇਡੀਜ਼ ਹੀ ਹੈ ਤਕਰੀਬਨ, ਉਹ PRTC ਨਾਲ ਸਫ਼ਰ ਕਰਦੀ ਆ ਜਾਂ ਉਹ ਫ੍ਰੀ ਦੀ ਮੰਗ ਕਰਦੀ ਆ ਜੀ। ਇਸ ਕਰਕੇ ਅਸੀਂ ਇੱਕ ਨਾਲ ਇੱਕ ਫ੍ਰੀ ਕੀਤੀ ਹੋਈ ਆ, ਜਾਂ ਦੋ ਸਵਾਰੀਆਂ ਜੈਂਟਸ ਆ ਤਾਂ ਇੱਕ ਲੇਡੀ ਫ੍ਰੀ ਲੈ ਕੇ ਜਾਂਦੇ ਹਾਂ ਜੀ ਅਸੀਂ। ਬਠਿੰਡਾ ਤੋਂ ਸਪੈਸ਼ਲ ਰਿਪੋਰਟ, NC7 ਨਿਊਜ਼।